ਪੰਜਾਬੀ 뮤직 ਇੰਡਸਟਰੀ ਦਾ ਸਭ ਤੋਂ ਕਿਊਟ ਕਿਹਾ ਜਾਣ ਵਾਲਾ ਸਿੰਗਰ ਜੱਸੀ ਗਿੱਲ, ਜੋ ਅੱਜ ਕੱਲ ਬਹੁਤ ਹੀ ਜ਼ਿਆਦਾ ਚਰਚਾ ਦੇ ਵਿੱਚ ਹੈ ਆਪਣੀ ਫਿਲਮਾਂ ਨੂੰ ਲੈ ਕੇ। ਇੱਕ ਪਾਸੇ ਉਹਨਾਂ ਦੀ ਪੰਜਾਬੀ ਫਿਲਮ ਆ ਰਹੀ ਹੈ ਮਿਸਟਰ ਐਂਡ ਮਿਸਿਸ 420 ਰਿਟਰਨਸ, ਔਰ ਦੂਜੇ ਹੀ ਪਾਸੇ ਬਾਲੀਵੁੱਡ ਦੇ ਵਿੱਚ ਡੈਬਿਊ ਕਰਨ ਜਾ ਰਹੇ ਨੇ ਸੋਨਾਕਸ਼ੀ ਸਿਨਹਾ, ਜਿਮੀ ਸ਼ੇਰਗਿੱਲ ਔਰ ਡਾਇਨਾ ਪੈਂਟੀ ਦੇ ਨਾਲ, ਔਰ ਫਿਲਮ ਦਾ ਨਾਮ ਹੈ ਹੈਪੀ ਫਿਰ ਭਾਗ ਜਾਏਗੀ। ਔਰ ਹੁਣ ਜੱਸੀ ਗਿੱਲ ਦੇ ਫੈਨਸ ਦੇ ਲਈ ਇੱਕ ਹੋਰ ਵੱਡੀ ਖੁਸ਼ਖਬਰੀ ਇਹ ਹੈ ਕਿ ਜੱਸੀ ਗਿੱਲ ਨੂੰ ਮਿਲ ਚੁੱਕੀ ਹੈ ਬਾਲੀਵੁੱਡ ਦੀ ਇੱਕ ਅਨਦਰ ਮੂਵੀ, ਜਿਸ ਦੇ ਵਿੱਚ ਉਹਨਾਂ ਦੇ ਨਾਲ ਨਜ਼ਰ ਆਏਗੀ ਬਾਲੀਵੁੱਡ ਦੀ ਕੁਈਨ ਯਾਨੀ ਕਿ ਕੰਗਨਾ ਰਨੌਤ। ਇਸ ਫਿਲਮ ਨੂੰ ਕੌਣ ਡਾਇਰੈਕਟ ਕਰੇਗਾ ਜਾਂ ਫਿਲਮ ਦਾ ਟਾਈਟਲ ਕੀ ਹੋਵੇਗਾ, ਇਹ ਹਜੇ ਰਿਵੀਲ ਨਹੀਂ ਕੀਤਾ ਗਿਆ, ਪਰ ਕੁਝ ਰਿਪੋਰਟਸ ਦੀ ਮੰਨੀਏ ਤਾਂ ਇਸ ਫਿਲਮ ਨੂੰ ਪ੍ਰੋਡਿਊਸ ਕਰਨਗੇ ਫੋਕਸ ਸਟੂਡੀਓਜ਼। ਸੋ ਅਸੀਂ ਕਹਿ ਸਕਦੇ ਹਾਂ ਕਿ ਦਿਲਜੀਤ ਦੋਸਾਂਝ ਦੇ ਵਾਂਗ ਹੁਣ ਜੱਸੀ ਗਿੱਲ ਵੀ ਬਾਲੀਵੁੱਡ ਤੋਂ ਬਾਲੀਵੁੱਡ ਦੇ ਵਿੱਚ ਜਾ ਕੇ ਸਭ ਦਾ ਦਿਲ ਜਿੱਤਣ ਦੇ ਲਈ ਤਿਆਰ ਨੇ।